ਜੇ ਅਸੀਂ ਲੋਕਾਂ ਦੇ ਰੀਪ੍ਰਜੈਂਟੇਟਿਵ ਹਾਂ, ਜੇ MLA ਹਾਂ, ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ, ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ, ਕਿ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ, ਤੇ ਇਸ ਲਈ ਇਹ ਪ੍ਰੂਵ ਕਰਨ ਦੇ ਲਈ, ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ, ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਮੈਂ ਅੱਜ ਇੱਥੇ ਆਪਣਾ ਰੋਪ ਟੈਸਟ ਕਰਾਉਣ ਆਇਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਵਿਧਾਇਕ ਆ, ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰੀਪ੍ਰਜੈਂਟੇਟਿਵ ਕਰਦੇ ਆ, ਉਹ ਆਪ ਨਸ਼ਾ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ, ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ। ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ। ਜੇ ਅਸੀਂ ਲੋਕਾਂ ਦੇ ਰੀਪ੍ਰਜੈਂਟੇਟਿਵ ਹਾਂ, ਜੇ MLA ਹਾਂ, ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ, ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ, ਕਿ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ, ਤੇ ਇਸ ਲਈ ਇਹ ਪ੍ਰੂਵ ਕਰਨ ਦੇ ਲਈ, ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ, ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਮੈਂ ਅੱਜ ਇੱਥੇ ਆਪਣਾ ਰੋਪ ਟੈਸਟ ਕਰਾਉਣ ਆਇਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਵਿਧਾਇਕ ਆ, ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰੀਪ੍ਰਜੈਂਟੇਟਿਵ ਕਰਦੇ ਆ, ਉਹ ਆਪ ਨਸ਼ਾ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ, ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ। ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ। ਜੇ ਅਸੀਂ ਲੋਕਾਂ ਦੇ ਰੀਪ੍ਰਜੈਂਟੇਟਿਵ ਹਾਂ, ਜੇ MLA ਹਾਂ, ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ, ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ, ਕਿ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ, ਤੇ ਇਸ ਲਈ ਇਹ ਪ੍ਰੂਵ ਕਰਨ ਦੇ ਲਈ, ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ, ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਮੈਂ ਅੱਜ ਇੱਥੇ ਆਪਣਾ ਰੋਪ ਟੈਸਟ ਕਰਾਉਣ ਆਇਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਵਿਧਾਇਕ ਆ, ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰੀਪ੍ਰਜੈਂਟੇਟਿਵ ਕਰਦੇ ਆ, ਉਹ ਆਪ ਨਸ਼ਾ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ, ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ। ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ। ਜੇ ਅਸੀਂ ਲੋਕਾਂ ਦੇ ਰੀਪ੍ਰਜੈਂਟੇਟਿਵ ਹਾਂ, ਜੇ MLA ਹਾਂ, ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ, ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ, ਕਿ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ, ਤੇ ਇਸ ਲਈ ਇਹ ਪ੍ਰੂਵ ਕਰਨ ਦੇ ਲਈ, ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ, ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਮੈਂ ਅੱਜ ਇੱਥੇ ਆਪਣਾ ਰੋਪ ਟੈਸਟ ਕਰਾਉਣ ਆਇਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਵਿਧਾਇਕ ਆ, ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰੀਪ੍ਰਜੈਂਟੇਟਿਵ ਕਰਦੇ ਆ, ਉਹ ਆਪ ਨਸ਼ਾ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ, ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ। ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ। ਜੇ ਅਸੀਂ ਲੋਕਾਂ ਦੇ ਰੀਪ੍ਰਜੈਂਟੇਟਿਵ ਹਾਂ, ਜੇ MLA ਹਾਂ, ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ, ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ, ਕਿ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ, ਤੇ ਇਸ ਲਈ ਇਹ ਪ੍ਰੂਵ ਕਰਨ ਦੇ ਲਈ, ਲੋਕਾਂ ਨੂੰ ਇੱਕ ਸੇਧ ਦੇਣ ਦੇ ਲਈ, ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਮੈਂ ਅੱਜ ਇੱਥੇ ਆਪਣਾ ਰੋਪ ਟੈਸਟ ਕਰਾਉਣ ਆਇਆ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਚੁਣੇ ਹੋਏ ਵਿਧਾਇਕ ਆ, ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰੀਪ੍ਰਜੈਂਟੇਟਿਵ ਕਰਦੇ ਆ, ਉਹ ਆਪ ਨਸ਼ਾ ਨਹੀਂ ਕਰਦੇ, ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ, ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ। ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ।